उधर रूपनगर जिला प्रशासन ने मैरिज पैलेस दे विच हथियार लजान ते पाबंदी ला दी है। हालांकि ये पाबंदी अप्रैल तक लागू रहेगी, पर जल्दी ही इस नूं हमेशा दे लई लागू कर दिता जाएगा। अपनी झूठी शान दिखाउण दे लई व्याहां दे विच लोक फायरिंग करते ने अते फायरिंग हादसे दी वजह बनती है। कई अजिहे मामले सामने आ चुके ने जदों व्याहां दे विच होई फायरिंग विच लोकां नूं अपनी जान तक गवाउणी पई है। अते ही वजह है कि हुण अजिहियां घटनावां नूं रोकण दे लई रूपनगर जिला मैजिस्ट्रेट ने मैरिज पैलसां दे विच हथियार लै के जाण ते पाबंदी ला दित्ती है। कुछ लोग जिहड़े हैगे हथियारां थूर लै के ओह मैरिज पैलेसिस विच जांदे है, ਅਤੇ ਜਿਹਦੇ ਕਰਕੇ ਕਈ ਵਾਰੀ ਉੱਥੇ ਕੋਈ ਇਹੋ ਜਿਹੀਆਂ ਅਣਸੁਖਾਵੀਆਂ ਘਟਨਾ ਹੁੰਦੀਆਂ ਜਿਹਦੇ ਕਰਕੇ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੁੰਦਾ। ਅਸੀਂ ਜ਼ਿਲ੍ਹਾ ਰੂਪਨਗਰ ਦੇ ਵਿੱਚ ਸਾਰੇ ਮੈਰਿਜ ਪੈਲੇਸਿਸ ਦੇ ਵਿੱਚ ਕਿਸੇ ਵੀ ਕਿਸਮ ਦੇ ਹਥਿਆਰ ਲਿਆਉਣ ਅਤੇ ਅੰਦਰ ਲਿਜਾਣ 'ਤੇ ਪਾਬੰਦੀ ਲਾਈ ਹੋਈ ਹੈ। ਕੋਈ ਵੀ ਬੰਦਾ ਆਪਣਾ ਕੋਈ ਵੀ ਹਥਿਆਰ ਕਿਸੇ ਕਿਸਮ ਦਾ ਵੀ ਹੋਵੇ ਉਹ ਮੈਰਿਜ ਪੈਲੇਸ ਦੇ ਵਿੱਚ ਨਹੀਂ ਲੈ ਕੇ ਜਾਏਗਾ। ਫੈਸਲੇ ਦੇ ਪਿੱਛੇ ਮਕਸਦ ਇਹੀ ਹੈ ਕਿ ਵਿਆਹਾਂ ਦੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਫਿਲਹਾਲ ਇਹ ਪਾਬੰਦੀ ਅਪ੍ਰੈਲ ਤੱਕ ਲਾਗੂ ਰਹੇਗੀ, ਪਰ ਜਲਦ ਹੀ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰ ਦਿੱਤਾ ਜਾਏਗਾ। ਇਹ ਪਾਬੰਦੀ ਹੁਣ ਜਿਹੜੀ ਹੈਗੀ ਇਹ ਸਾਡੀ ਅਪ੍ਰੈਲ ਤੱਕ ਲੱਗੀ ਹੋਈ ਹੈ, ਲੇਕਿਨ ਅਸੀਂ ਇਹਨੂੰ ਜਿਹੜਾ ਹੈਗਾ ਫਰਦਰ ਜੋ ਹੈ ਇਹਨੂੰ ਐਕਸਟੈਂਡ ਕਰੇ ਇਨਡੈਫੀਨੇਟਲੀ, ਤਾਂ ਕਿ ਅੱਗੇ ਤੋਂ ਵੀ ਸਾਨੂੰ ਬਾਰ ਬਾਰ ਇਹਨੂੰ ਜਿਹੜਾ ਹੈਗਾ ਇਹਨੂੰ ਐਕਸਟੈਂਡ ਨਾ ਕਰਨਾ ਪਵੇ। ਜ਼ਿਲ੍ਹਾ ਮੈਜਿਸਟਰੇਟ ਦੇ ਇਸ ਫੈਸਲੇ ਦਾ ਸਥਾਨਕ ਲੋਕਾਂ ਤੇ ਮੈਰਿਜ ਪੈਲਸਾਂ ਦੇ ਮਾਲਕਾਂ ਨੇ ਸਵਾਗਤ ਕੀਤਾ ਹੈ। ਸਰਕਾਰ ਨੇ ਜੇ ਫੈਸਲਾ ਲਿਆ ਲੋਕ ਹਿੱਤ ਵਿੱਚ ਫੈਸਲਾ ਹੈ, ਅਸੀਂ ਤਾਂ ਆਪਣੇ ਮੈਰਿਜ ਪੈਲਸ KS ਰਿਜ਼ੋਰਟ ਦੇ ਵਿੱਚ ਹਦਾਇਤਾਂ ਲਿਖ ਕੇ ਆਪਣੇ ਮੇਨ ਗੇਟ 'ਤੇ ਲਗਾ ਕਿ ਕੋਈ ਵੀ ਬਰਾਤ ਜਾਣ ਦਾ ਬੰਦਾ ਜਾਂ ਕੋਈ ਵੀ ਗੈਸਟ ਆਉਂਦਾ ਅੰਦਰ ਹਥਿਆਰ ਲੈ ਕੇ ਨਹੀਂ ਆਏਗਾ, ਨਾ ਕੋਈ ਪਟਾਕਾ ਤੱਕ ਵੀ ਚਲਾਏਗਾ। ਜਿਹੜਾ ਸਰਕਾਰ ਨੇ ਫੈਸਲਾ ਦਿੱਤਾ ਬਹੁਤ ਵਧੀਆ, ਅਸੀਂ ਸਾਰੀ ਪਬਲਿਕ ਉਸ ਤੋਂ ਬਹੁਤ ਜ਼ਿਆਦਾ ਖੁਸ਼ ਹੈਗੇ ਹਾਂ। ਹੁਣ ਅਸੀਂ ਜਿਹੜੇ ਵੀ ਆਪਣੇ ਮੈਰਿਜ ਪੈਲਸਾਂ 'ਚ ਅਸੀਂ ਬੱਚਿਆਂ ਦੇ ਵਿਆਹ ਕਰ ਸਕਦੇ ਹਾਂ, ਅਸੀਂ ਬਹੁਤ ਖੁਸ਼ ਹਾਂ। ਪੰਜਾਬ ਹੀ ਨਹੀਂ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਵਿਆਹਾਂ ਦੇ ਵਿੱਚ ਫਾਇਰਿੰਗ ਦੇ ਦੌਰਾਨ ਲੋਕਾਂ ਦੀ ਮੌਤ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ। ਪ੍ਰਸ਼ਾਸਨ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾ ਚੁੱਕਾ ਹੈ, ਪਰ ਬਾਵਜੂਦ ਇਸ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਰਹੀਆਂ ਨੇ। ਅਜਿਹੇ ਵਿੱਚ ਰੂਪਨਗਰ ਪ੍ਰਸ਼ਾਸਨ ਨੂੰ ਆਪਣੇ ਹੁਕਮਾਂ ਨੂੰ ਸਖਤੀ ਦੇ ਨਾਲ ਲਾਗੂ ਕਰਵਾਉਣਾ ਹੋਵੇਗਾ। ਬਿਮਲ ਕੁਮਾਰ, ਜ਼ੀ ਮੀਡੀਆ, ਨੰਗਲ।